भाईजान वो डेली साढ़े उत्ते तशद्दुद करता ही सानू कमरियां च बंद करके ना मुँह च छुरियां डाल के साफ बंद करके कहना मैं तुहानू मार देना है। आइस ज़्यादा पींदा सी अपने बच्चियां नू भी मार मार के तशद्दुद करके अपनी बेगम नू तशद्दुद करके घरों बेघर किया होया सी। वो छड गए थे इहनू उहदे बेगम बच्चियां दे अंदर वड़ के अपना घर छड के ना अपने कमरे चों निकल के उहनां दे कमरे च वड़ के ताले मार के उहनां दे कमरियां च बैठ के आइस पींदा ते मौजूद है। इसने अपने भाई को कतल किया। आखिर भाई को क्यों कत्ल किया इससे जानेंगे। इन्हीं की जुबानी, क्या नाम है तुम्हारा? मोहम्मद असलम। मोहम्मद असलम, क्यों मारा अपने भाई को? भाई जान वो डेली साढ़े उत्ते तशद्दुद करता ही सानू कमरियां च बंद करके ना मुँह च छुरियां डाल के साफ बंद करके कहना मैं तुहानू मार देना है। उस मुँह च छुरियां मार छुरियां सीधी तेज तेज की तरफ पा के ना उत्ते वजन डाल देना। ये देखो काटे हुए, ये देखो सर, ये भी काटे हुए, ये भी काटे हुए, दांत भी देखो अभी मेरी जेब में। शादीशुदा हो? नहीं सर, मेरे कोई ना बच्चे हैं ना बीवी है, मैं अकेला हूँ। और वो शादीशुदा था? हाँ जी, वो उसने भी अपनी आइस की वजह से आइस ज़्यादा पींदा सी अपने बच्चियां नू भी मार मार के तशद्दुद करके अपनी बेगम नू तशद्दुद करके घरों बेघर किया होया सी। वो छड गए थे इहनू, उन्हां दा इहदे नाल रिश्ता खत्म हो गया ना। वो घर तेरे तो छोटा सी या वड्डा सी? वो सारे तो छोटा सी, लेकिन मैं मेरे तो काफ़ी छोटा सी। ਕਿੰਨੀ ਉਮਰ ਸੀ? ਉਮਰ ਉਹਦੀ 40 ਸਾਲ ਹੋਣੀ ਤਕਰੀਬਨ। 40 ਸਾਲ? ਤੇਰੀ ਕਿੰਨੀ ਉਮਰ? 60 ਸਾਲ। ਤੁਹਾਡੀ 60 ਸਾਲ ਉਮਰ, ਤੁਸੀਂ ਤਾਂ ਬਾਬੇ ਹੋ ਗਏ ਹੋ ਨਾ ਇਸ ਉਮਰ 'ਚ ਕਤਲ ਕਰਤਾ। ਤੋ ਇਸ ਲਈ ਮੈਂ ਤਾਂ ਸਰ ਨਹੀਂ ਕਰ ਸਕਿਆ। ਅੱਲਾਹ ਤਾਲਾ ਅੱਗੇ ਮੈਂ ਦੁਆ ਕੀਤੀ ਕਿ ਮੇਰੀ ਜਾਨ ਮੌਲਾ ਤੂੰ ਛੁਡਾ, ਠੀਕ। ਉਹਦੇ ਹੱਥੋਂ ਬਾਲਾ ਡਿੱਗਾ ਤੇ ਮੇਰੇ ਕੋਲ ਵੱਜ ਗਿਆ, ਉਹ ਮਰ ਗਏ। ਬਾਲਾ ਕਿਹੜਾ? ਲੱਕੜੀ। ਲੜਾਈ ਹੋਈ? ਲੜਾਈ ਕਿਸ? ਲੜਾਈ ਨਹੀਂ। ਅੱਛਾ, ਸ਼ੁਰੂ ਕਿੱਥੋਂ ਹੋਈ ਮੈਨੂੰ ਸ਼ੁਰੂ ਤੋਂ ਜ਼ਰਾ ਦੱਸ, ਕਹਾਣੀ ਕਿੱਥੋਂ ਸ਼ੁਰੂ ਹੋਈ ਲੜਾਈ, ਯਾਨੀ ਅੱਗੇ ਕਿਵੇਂ ਵੱਧ ਗਈ? ਕਹਾਣੀ ਇੰਝ ਸ਼ੁਰੂ ਹੋਈ ਭਾਈ ਜਾਨ, ਇੱਧਰ ਮੇਰਾ ਇੱਕ ਭਰਾ ਰਹਿੰਦਾ, ਉਹਦੇ ਬੇਗਮ ਬੱਚਿਆਂ ਦੇ ਅੰਦਰ ਵੜ ਕੇ ਆਪਣਾ ਘਰ ਛੱਡ ਕੇ ਨਾ ਆਪਣੇ ਕਮਰੇ 'ਚੋਂ ਨਿਕਲ ਕੇ ਉਹਨਾਂ ਦੇ ਕਮਰੇ 'ਚ ਵੜ ਕੇ ਤਾਲੇ ਮਾਰ ਕੇ ਉਹਨਾਂ ਕੁੱਟਣਾ ਸ਼ੁਰੂ ਕਰ ਦਿੰਦਾ, ਉਹਨਾਂ ਦੇ ਕਮਰਿਆਂ 'ਚ ਬੈਠ ਕੇ ਆਈਸ ਪੀਂਦਾ, ਉਹਨਾਂ ਦੀਆਂ ਬੇਗਮਾਂ ਨੂੰ ਬੱਚਿਆਂ ਨੂੰ ਮਾਰ। ਬੇਗਮ ਨਾਲ ਉਹਦੀ ਲੜਾਈ ਕਿੰਨੀ ਵਾਰੀ ਹੋਈ? ਉਹਨਾਂ ਦੀ ਡੇਲੀ ਹੁੰਦੀ ਰਹਿੰਦੀ ਸੀ। ਬੇਗਮ ਨੇ ਕਿਹਾ ਨਹੀਂ ਕਿ ਇਹ ਨਸ਼ਾ ਛੱਡ ਦੇ? ਹੁਣ ਨਹੀਂ, ਉਹਦੀ ਬੇਗਮ ਨੇ ਛੱਡ ਦਿੱਤੀ ਹੋਈ ਸੀ। ਬੇਗਮ ਨੇ ਉਹਨੂੰ ਛੱਡ ਦਿੱਤਾ, ਬੇਗਮ ਨੂੰ ਉਹਨੇ ਛੱਡ ਦਿੱਤਾ। ਅੱਛਾ, ਬੇਗਮ ਵੀ ਛੱਡ? ਹਾਂਜੀ। ਬੱਚੇ ਕਿੰਨੇ ਸੀ? ਬੱਚੇ ਉਹਨਾਂ ਦੇ 4 ਸਨ। ਬੱਚੇ ਕਿਹਦੇ ਕੋਲ ਸੀ? ਉਹ ਸਭ ਕੁਝ ਲੈ ਗਈ ਬੇਗਮ। ਬੇਗਮ ਹੀ ਬੱਚੇ ਲੈ ਗਈ? ਯਾਨੀ ਕਿ ਭਰਾ ਤੇਰਾ ਇਕੱਲਾ ਹੀ ਇਕੱਲਾ ਉੱਥੇ ਬਹਿ ਕੇ ਆਈਸ ਪੀਂਦਾ? ਆਈਸ ਪੀਂਦਾ, ਆਪਣੇ ਦੋਸਤਾਂ ਨੂੰ ਵੀ ਨਾਲ ਬਿਠਾ ਕੇ ਪਲਾਂਦਾ ਸੀ ਔਰ ਤਾਲਾ ਮਾਰ ਲੈਂਦਾ ਸੀ। ਹਾਂਜੀ, ਤੇ ਫਿਰ ਸਾਨੂੰ ਜਿਹੜੇ ਅਸੀਂ ਕਮਰਿਆਂ 'ਚ ਹੁੰਦੇ ਸੀ ਉਹਨਾਂ ਨੂੰ ਵੀ ਤੁਹਾਨੂੰ ਵੀ ਮਾਰਦਾ ਸੀ? ਹਾਂਜੀ। ਕਿੱਥੇ ਕਿੱਥੇ ਮਾਰਿਆ ਤੁਹਾਨੂੰ? ਅੱਛਾ, ਇਧਰ ਨਹੀਂ, ਬਸ ਇੰਝ ਹੀ ਦੱਸ ਦਿਓ। ਇਹ ਦੇਖੋ ਮੇਰੇ ਇਧਰ ਅਭੀ ਹੱਥ ਲਗਾਓ। ਹਾਂਜੀ, ਇਹ ਦਾਂਤ ਵੀ ਮੇਰੇ ਪਾਸ ਜੇਬ ਮੇ ਹੈ। ਦੰਦ ਵੀ ਤੋੜੇ ਨੇ? ਹਾਂਜੀ। ਇਹ ਕਿਧਰ? ਜੇਬ ਮੇ? ਇੱਕ ਦੰਦ ਮੇਰੀ ਜੇਬ 'ਚ, ਇੱਕ ਥੱਲੇ ਡਿੱਗ ਗਿਆ। ਜੇਬ 'ਚ ਕਿੱਥੇ ਦੰਦ? ਕੱਢ ਕੇ ਵਹਾ ਤੇਰਾ ਦੰਦ ਆਪਣਾ। ਦਾਂਤ ਟੁੱਟਾ ਹੋਇਆ ਜੇਬ ਮੇ ਰੱਖਾ ਹੋਇਆ ਹੈ। ਕਿੱਥੇ ਵਾੜਿਆ ਦੰਦ? ਪਤਾ ਨਹੀਂ ਹੁਣ ਕਿੱਥੇ ਗਿਆ, ਡਿੱਗ ਗਿਆ ਹੋਣਾ ਕਿਤੇ ਨਾ। ਇਹਨਾਂ ਦਾ ਦੰਦ ਕੱਢਿਆ ਨਹੀਂ ਤੁਸੀਂ ਬਾਹਰ? ਦੰਦ ਨਿਕਲਿਆ ਜੀ? ਵਹਾ ਦੇਣੇ ਪਈ ਜਾਣ ਤੁਹਾਨੂੰ ਇਨਸ਼ਾਅੱਲਾ। ਸੰਭਾਲ ਕੇ ਰੱਖਿਆ ਕਿੱਥੇ ਰੱਖ ਦਿੰਦੇ? ਹੈਂ, ਆ ਲੱਭ ਗਿਆ। ਅੱਛਾ, ਲੱਭ ਗਿਆ? ਦੰਦ ਲੱਭ ਰਿਹਾ ਜੀ, ਲੱਭ ਰਹੇ ਨੇ ਦੰਦ। ਐ ਜੀ, ਦੰਦ ਵਹਾਓ ਜੀ। ਇਹ ਤਾਰ ਪਈ ਸੀ, ਤਾਰ ਇਹਨੂੰ ਤੋੜਿਆ ਨੇ ਤੇਰੇ ਭਰਾ ਨੇ? ਹਾਂਜੀ, ਛੁਰੀ ਨਾਲ। ਅੱਛਾ, ਛੁਰੀ ਨਾਲ ਕੱਟਿਆ? ਇੰਜ ਮੂੰਹ 'ਚ ਪਾ। ਜ਼ਾਲਮ ਸੀ, ਬੜਾ ਜ਼ਾਲਮ, ਹਾਈ ਕਿਸਮ ਦਾ ਸੀ। ਤੇ ਅੱਲਾ ਅੱਲਾ ਕਰਕੇ ਉਹਦੇ ਕੋਲ ਜਾਂ ਚੜੇ, ਮੇਰੇ ਆਖਰੀ ਸਾਹਸ ਰਹਿ ਗਏ ਸੀ। ਹਾਂਜੀ, ਤੇ ਮੈਂ ਅੱਲਾ ਤਾਲਾ ਨੂੰ ਕਹਿਣਾ, ਮੌਲਾ ਤੂੰ ਇਹਨੂੰ ਫਾਰਗ ਕਰ ਦੇ, ਮੈਂ ਇਸ ਦੇ ਲਾਗੇ ਨਹੀਂ ਦੁਬਾਰਾ ਆਵਾਂਗਾ ਕਦੇ, ਮੈਂ ਘਰ ਛੱਡ ਕੇ ਨਾ। ਕਿੱਥੇ ਛੁਰੀ ਰੱਖਦਾ ਸੀ? ਮੂੰਹ ਦੇ ਵਿੱਚ ਸਿੱਧੀ ਪਾ ਕੇ ਉੱਤੇ ਵਜ਼ਨ। ਹਾਂਜੀ, ਉੱਤੇ ਵਜ਼ਨ ਸਿੱਧਾ ਆਪਣਾ ਪੂਰਾ 60 ਕਿਲੋ ਵਜ਼ਨ ਉਹਦਾ, ਤੇ ਉਹ ਸਾਰਾ ਉੱਤੇ ਵਜ਼ਨ ਪਾ ਦਿੰਦਾ ਸੀ। ਪੁਲਿਸ ਨੂੰ ਕਦੀ ਫੋਨ ਨਹੀਂ ਕੀਤਾ? ਮੇਰੇ ਕੋਲ ਫੋਨ ਨਾ ਹੁੰਦਾ ਤੇ ਨਾ ਮੈਂ ਕਰ ਸਕਦਾ, ਮੇਰੇ ਕੋਲ ਨਹੀਂ ਕਦੇ ਫੋਨ ਹੋਇਆ। ਬਾਹਰ ਵੈਸੇ ਚਲੇ ਜਾਂਦੇ, ਥਾਣੇ ਚਲੇ ਜਾਂਦੇ, ਪੁਲਿਸ ਨੂੰ ਕਹਿ ਦਿੰਦੇ? ਭਾਈ ਜਾਨ ਉੱਧਰ ਖਲਾ, ਮੇਰਾ ਮੈਂ ਨਹੀਂ ਕੁਛ ਵੀ ਕਰ ਸਕਦਾ, ਨਾ ਮੇਰੇ ਕੋਲ ਪੈਸੇ ਹੁੰਦੇ ਸੀ, ਮੈਂ ਮਜ਼ਦੂਰ ਜਾ ਆਦਮੀ ਹਾਂ। ਮੈਂ ਤੂੰ ਮਾਰਦਾ, ਮੈਂ ਕਿਹਾ ਤੇ ਬਸ ਇਹਦੀ ਜਾਨ ਨਹੀਂ, ਮੈਂ ਮਾਰਿਆ ਵੀ ਨਾ ਉਹਨੂੰ, ਮੈਂ ਮਾਰਨਾ। ਅੱਲਾ ਲੋ, ਮੌਤ ਆ ਗਈ ਬਸ, ਅੱਲਾ ਲੋ ਹੀ ਉਹਦੀ ਆ ਗਈ, ਸਮਝ ਲਓ ਉਹ ਹੀ ਬਾਲੇ ਤੇ। ਪਛਤਾਵਾ ਹੈ ਕਿ ਨਹੀਂ? ਹੁਣ ਹੈ ਤੇ ਭਰਾ ਹੀ ਸੀ ਨਾ, ਹਾਲੇ ਜ਼ਿੰਦਾ ਵੀ ਸੀ ਤੇ ਉਹਨੂੰ ਕਹਿੰਦੇ ਭਾਈ ਮਾਫ ਕਰ ਦਿਓ, ਮਿਹਰਬਾਨੀ ਸਾਨੂੰ ਨਾ ਮਾਰੋ, ਤੂੰ ਮਾਂ ਹੈਗੀ ਉਹਨੂੰ ਵੀ ਉਹਨੇ ਨਾ ਬਾਲਦਾ ਹੈਗੀ ਬਾਈ ਜਾਨ ਨੂੰ ਹੈ, ਲੇਕਿਨ ਅੰਮੀ ਨੂੰ ਮਾਰ ਮਾਰ ਕੇ ਨਾ ਉਹਨਾਂ ਨੂੰ ਇਹਾਂ ਲੱਤਾਂ ਬਾਹਾਂ ਨੂੰ ਫਾੜ, ਮਾਂ ਨੂੰ ਵੀ ਮਾਰਦਾ ਸੀ। ਹਾਂਜੀ, ਜਾ ਕੇ ਦੇਖ ਸਕਦੇ ਹੋ ਅਭੀ, ਉਧਰ ਜਾ ਕੇ ਮੇਰੇ ਸਾਹਮਣੇ ਮੈਂ ਝੂਠ ਬੋਲਾਂ? ਐਡਾ ਜ਼ਾਲਮ! ਵਾਲਦ ਵੀ? ਵਾਲਦ ਨਹੀਂ ਹੈ, ਵਾਲਦ ਫੋਤ ਹੋਇਆ। इसका भाई जी आइस का नशा करता था और घर में सब पर तशद्दुद करता था, सबको मारता था। जैसे इसने बताया कि हमारे साथ वो बड़ा जुल्म करता था और इसका दांत भी तोड़ा है उसने अपना दांत। ये शख्स जो अब संभाल के घूम रहा है,
ते दांदा की करेगा। ये देखो ऐसे किसी की टांगे हूँ ठीक है, तो मैं मेरा पूरा जिसे मैं डिगा मैं मकाना तो अच्छा। हाँ जी काम कर रहा था तो मैं डिग गया सा। नशा नुशा केड़ा करना सही सवार रखी है। हाँ जी सवार भी रखी है। हाँ जी।